ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ ਪੰਜਵੇਂ ਕਾਂਡ ਦਾ ਚੌਥਾ ਭਾਗ ਰੱਬੀ ਹੁਕਮ ਨੂੰ ਬੁੱਝਣ ਦੀ ਲੋੜ ਅਤੇ ਪੰਜਵਾਂ ਭਾਗ ਹੁਕਮ ਦੇ ਹੋਰ ਰੂਪ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਵਾਜ਼ ਭਾਈ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬੀ ਹੁਕਮ ਨੂੰ ਬੁੱਝਣ ਦੀ ਲੋੜ ਜਗਤ ਨੂੰ ਨਿਆਰਾ ਸਿਧਾਂਤ ਦੇਣ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਵਿੱਚ ਹੀ ਫਰਮਾ ਦਿੱਤਾ ਸੀ ਕਿ ਨਾਨਕ ਹੁਕਮੇ ਜੇ ਬੁੱਝੈ ਤਾਂ ਹੋ ਮੈਂ ਕਹੈ ਨਾ ਕੋਈ ਅਸੀਂ ਉੱਪਰ ਵੀ ਵਿਚਾਰਿਆ ਹੈ ਕਿ ਕੁਦਰਤ ਵਿੱਚੋਂ ਕਿਸੇ ਸ਼ਕਤੀ ਦਾ ਲਭ ਲੈਣਾ ਕੁਦਰਤ ਦੀਆਂ ਬਣੀਆਂ ਜੜੀਆਂ ਬੂਟੀਆਂ ਦੇ ਪੱਕੇ ਸੁਭਾਅ ਦੀ ਸਮਝ ਆ ਜਾਣੀ ਉਸ ਹੁਕਮੀ ਦੀ ਬਖਸ਼ਿਸ਼ ਹੈ ਉਸ ਦੇ ਕਾਰਨ ਕੋਈ ਲਾਹੇਵੰਦ ਦਵਾਈ ਬਣਾ ਲੈਣੀ ਵੀ ਅਕਾਲ ਪੁਰਖ ਦੀ ਹੀ ਬਖਸ਼ਿਸ਼ ਹੈ ਅਜਹੀ ਪ੍ਰਾਪਤੀ ਤੇ ਕਾਦਰ ਦਾ ਧਨਵਾਦੀ ਹੋਣ ਦੇ ਥਾਂ ਆਪਣੀ ਮੱਤ ਦਾ ਹੰਕਾਰ ਕਰਨਾ ਪ੍ਰਭੂ ਨੂੰ ਵਿਸਾਰ ਦੇਣ ਵਾਲੀ ਮਨਮੁਖਤਾ ਹੈ ਰੱਬੀ ਹੁਕਮ ਅਰਜ਼ਾ ਬਾਣੇ ਦੀ ਕਾਰ ਦੇ ਹਰ ਪੱਖ ਨੂੰ ਸਮਝ ਲੈਣਾ ਬੜਾ ਜ਼ਰੂਰੀ ਹੈ ਇਸ ਤੱਥ ਨੂੰ ਸਮਝਣ ਵਾਸਤੇ ਆਓ ਆਪਣੇ ਨਿਆਰੇ ਅਤੇ ਅਨੂਪਮ ਸਤਿਗੁਰੂ ਗ੍ਰੰਥ ਸਾਹਿਬ ਜੀ ਆਪਣੇ ਸੱਚੇ ਸੱਜਣ ਸਵਾਮੀ ਜੀ ਦੀ ਹਜ਼ੂਰੀ ਵਿੱਚ ਹੱਥ ਬਨ ਖਲੋਈਏ ਅਤੇ ਜੋਦੜੀ ਕਰੀਏ ਹੇ ਪ੍ਰਭੂ ਹਾਰ ਪਰਿਉ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ ਹੁਕਮ 부ਜੈ ਸੋਈ ਪਰਵਾਨ ਸਾਚੇ ਸ਼ਬਦ ਜਾਕਾ ਨਿਸ਼ਾਨ ਪੰਨਾ 386 ਅਰਥ ਏ ਭਾਈ ਇਸ ਜੀਵਨ ਸਫਰ ਵਿੱਚ ਜਿਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿੱਖਤ ਸਲਾਹ ਹੀ ਬਾਣੀ ਦੀ ਰਾਹਦਾਰੀ ਨਿਸ਼ਾਨ ਹੈ ਤੇ ਇਸ ਰਾਹਦਾਰੀ ਦੀ ਬਰਕਤ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਉਸ ਦੀ ਹੁਕਮ ਨੂੰ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਭਾਵ ਰਜ਼ਾ ਵਿੱਚ ਖਿਹੜੇ ਮੱਥੇ ਰਾਜ਼ੀ ਰਹਿੰਦਾ ਹੈ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਗਾਵਣ ਸੁਣਨ ਸਭ ਤੇਰਾ ਪਾਣਾ ਹੁਕਮ ਬੁੱਝੇ ਸੋ ਸਾਚ ਸਮਾਣਾ ਜਪ ਜਪ ਜੀਵੇ ਤੇਰਾ ਨਾਉ ਤੁਝ ਬਿਨ ਦੂਜਾ ਨਾਹੀ ਥਾ ਪੰਨਾ 1270 ਅਰਥ हे ਪ੍ਰਭੂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਸਿਫਤ ਸਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਤੇਰੇ ਸੱਚੇ ਨਾਮ ਵਿੱਚ ਲੀਨ ਰਹਿੰਦਾ ਹੈ اے ਪ੍ਰਭੂ ਤੇਰੇ ਸੇਵਕ ਤੇਰਾ ਨਾਮ ਜਪ-ਜਪ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ ਉਹਨਾਂ ਨੂੰ ਤੇਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਜੋ ਕਿਸ ਵਰਤੇ ਸਭ ਤੇਰਾ ਪਾਣਾ ਹੁਕਮ ਬੁੱਝੇ ਸੋ ਸੱਚ ਸਮਾਨਾ ਪੰਨਾ 193 ਹੁਕਮ ਬੁੱਝੇ ਸੋ ਸੇਵਕ ਕਹਈਏ ਬੁਰਾ ਭਲਾ ਦੋਇ ਸੰਸਰ ਜਈਏ ਹਉ ਮੇ ਜਾਏ ਤਾਂ ਇੱਕੋ 부ਝੇ ਸੋ ਗੁਰਮੁਖ ਸਹਿਜ ਸਮਾਇੰਦਾ ਪੰਨਾ 1076 ਅਰਥ ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ ਜਿਹੜਾ ਹਰ ਇੱਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ ਸਮਝਦਾ ਹੈ ਤੇ ਇਹ ਨਿਸ਼ਚੈ ਰੱਖਦਾ ਹੈ ਕਿ ਦੁੱਖ ਆਵੇ ਚਾਹੇ ਸੁਖ ਦੋਹਾਂ ਨੂੰ ਇੱਕੋ ਜਿਹਾ ਸਹਾਰਨਾ ਚਾਹੀਦਾ ਪਰ ਮਨੁੱਖ ਤਦੋਂ ਹੀ ਕੇਵਲ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਉਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ ਅਜਿਹਾ ਮਨੁੱਖ ਗੁਰੂ ਦੇ ਸਾਹਮਣੇ ਰਹਿ ਕੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਹਉਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾ ਨਿਰਵਾਣ ਪੰਨਾ 385 ਅਰਥ ਤੇਰੀ ਰਜਾ ਨੂੰ ਸਮਝ ਲੈਣ ਵਾਲਾ ਸਾਰੇ ਆਤਮਿਕ ਆਨੰਦ ਮਾਣਦਾ ਹੈ ਸਤਗੁਰ ਦੀ ਦਸੀ ਸੇਵਾ ਦੀ ਬਰਕਤ ਨਾਲ ਬੜੀ ਉੱਚੀ ਵਾਸਨਾ ਰਹਿਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਅਟਲ ਨਿਜਮ ਵੀ ਪ੍ਰਭੂ ਨੇ ਹੀ ਬਣਾਇਆ ਹੈ ਕਿ ਮਾਇਆ ਦਾ ਮੋਹ ਸਦਾ ਹੀ ਵਿਨਾਸ਼ ਦਾ ਕਾਰਨ ਬਣਦਾ ਹੈ ਪਰ ਫਿਰ ਛੁਟਕਾਰੇ ਦਾ ਵਿਧਾਨ ਵੀ ਅਕਾਲ ਪੁਰਖ ਦੇ ਹੁਕਮ ਅਤਵਾ ਪੱਕੇ ਨਿਜਮ ਅਨੁਸਾਰ ਹੀ ਹੈ ਇਹ ਮਨ ਮਾਇਆ ਮੋਹ ਵਿਨਾਸ਼ ਤੁਰ ਹੁਕਮ ਲਿਖਿਆ ਤਾਂ ਕਈ ਏਕਾਸ ਗੁਰਮੁਖ ਵਿਰਲਾ ਚੀਨੇ ਕੋਈ ਨਾਮ ਬਿਹੂਨਾ ਮੁਕਤ ਨਾ ਹੋਈ ਪੰਨਾ 1344 ਅਰਥ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਮੰਨ ਦੀ ਆਤਮਿਕ ਮੌਤ ਹੋ ਜਾਂਦੀ ਹੈ ਪਰ ਜੀਵ ਦੇ ਵੀ ਕੀ ਬਸ ਜਦੋਂ ਤੁਰੋਂ ਹੀ ਇਹ ਹੁਕਮ ਪੱਕਾ ਸਿਧਾਂਤ ਚੱਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਵੀ ਨਹੀਂ ਕੀਤੀ ਜਾ ਸਕਦੀ ਕਈ ਕਾਸ ਭਾਵ ਮਾਇਆ ਦਾ ਮੋਹ ਆਤਮਿਕ ਮੌਤ ਦਾ ਕਾਰਨ ਬਣਦਾ ਹੈ ਇਹ ਨਿਯਮ ਅਟਲ ਹੈ ਇਸ ਨੂੰ ਕੋਈ ਉਲੰਘ ਨਹੀਂ ਸਕਦਾ ਕੋਈ ਵਿਰਲਾ ਬੰਦਾ ਗੁਰੂ ਦੀ ਸ਼ਰਨ ਪੈ ਕੇ ਸਮਝਦਾ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਇਹ ਨਿਯਮ ਵੀ ਖੋਦਾਈ ਹੈ ਪ੍ਰਭੂ ਦੇ ਹੁਕਮ ਨੂੰ ਗੁੱਝ ਕੇ ਉਸ ਅਨਸਾਰ ਵਿਹਾਰ ਕਰਨ ਤੇ ਹੀ ਸੰਸਾਰੀ ਜੀਵਨ ਲਈ ਸਹੂਲਤਾਂ ਪ੍ਰਾਪਤ ਹੁੰਦੀਆਂ ਪ੍ਰਭੂ ਦੇ ਵੱਜਵੇਂ ਹੁਕਮ ਦੇ ਕਾਰਨ ਹੀ ਮਨੁੱਖ ਸੰਸਾਰ ਵਿੱਚ ਬੜੀਆਂ-ਬੜੀਆਂ ਪ੍ਰਾਪਤੀਆਂ ਕਰਦਾ ਚੱਲਿਆ ਆ ਰਿਹਾ ਹੈ ਇਸੇ ਤਰ੍ਹਾਂ ਅਧਿਆਤਮਕ ਜ਼ਿੰਦਗੀ ਨੂੰ ਰਸਿੱਲੀ ਬਣਾਉਣ ਲਈ ਵੀ ਉਸੇ ਕਾਦਰ ਦੇ ਪੱਕੇ ਸਿਧਾਂਤ ਹਨ ਉੱਚੀ ਆਤਮਕ ਅਵਸਥਾ ਵਿੱਚ ਪੁੱਜ ਸਕਣ ਦਾ ਵੀ ਇੱਕ ਪੱਕਾ ਸਿਧਾਂਤ ਰੂਪੀ ਹੁਕਮ ਹੀ ਹੈ ਕਿਸੇ ਰਾਜੇ ਨਾਲ ਮਿਲਾਪ ਪ੍ਰਾਪਤ ਕਰ ਸਕਣ ਦਾ ਕਿਸੇ ਅਫਸਰ ਦੀ ਮੁਲਾਕਾਤ ਦਾ ਖਾਸ ਵਿਧਾਨ ਬਣਿਆ ਹੁੰਦਾ ਹੈ ਇਸੇ ਤਰ੍ਹਾਂ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਕਰ ਸਕਣ ਦਾ ਉਸ ਦੀ ਪਛਾਣ ਕਰ ਸਕਣ ਦਾ ਵੀ ਪੱਕਾ ਵਿਧਾਨ ਹੈ ਪੰਚਮ ਪਾਤਸ਼ਾਹ ਜੀ ਰੱਬੀ ਪ੍ਰਸੰਤਾ ਹਾਸਲ ਕਰਨ ਲਈ ਕੀਤੇ ਜਾਂਦੇ ਹੋਰ ਸਾਰੇ નિਸਫਲ ਦੱਸਦੇ ਹੋਏ ਫੁਰਮਾਨ ਕਰਦੇ ਹਨ ਕੋਈ ਬੋਲੇ RAM RAM ਕੋਈ ਖੁਦਾਈ ਕੋਈ ਸੇਵੇ ਗੁਸਈਆਂ ਕੋਈ ਅਲਾ ਕਾਰਣ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾ ਕੋਈ ਨਾਵੇ ਤੀਰਥ ਕੋਈ ਹਜਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ 베ਦ ਕੋਈ ਕਥੇਬ ਕੋਈ ਓਢੇ ਨੀਲ ਕੋਈ ਸੁਪੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਦਸ਼ਾਹ ਪੇਸਤ ਕੋਈ ਸੁਰ ਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਨਾ ਜਾਤਾ ਪੰਨਾ 885 ਰਹਾਉ ਦੀ ਧੁਕ ਵਿੱਚ ਪੰਚਮ ਸਤਿਗੁਰੂ ਨਾਨਕ ਜੀ ਸ਼ਬਦ ਦਾ ਭਾਵ ਲਿਖਦੇ ਹੋਏ ਫਰਮਾਉਂਦੇ ਹਨ ਕਿ हे ਸਾਰੇ ਜਗਤ ਦੇ ਮੂਲ ਕਾਰਣ ਜਗਤ ਦੇ ਕਾਰਣ ਜਗਤ ਦੇ ਮੂਲ ਕਰਤ ਜਗਤ ਦੇ हे ਬਖਸ਼ੇਂਦ हे ਕਿਰਪਾਲ کریم ਕਿਰਪਾਤਾਰ हे ਰਹਿਮ ਕਰਨ ਵਾਲੇ ਰਹੀਮ ਜੀਵਾ ਨੇ ਆਪੋ ਆਪਣੇ ਧਰਮ ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ ਪਰ ਤੂੰ ਇਹਨਾਂ ਨਾਵਾਂ ਤੋਂ ਨਰਲੇਪ ਸਭ ਦਾ ਸਾਂਝਾ ਹੈ ਕੋਈ ਰਾਮ ਰਾਮ ਤੇ ਕੋਈ ਖੁਦਾ ਗੁਦਾ ਕੋਈ ਗੁਸਾਈ ਤੇ ਕੋਈ ਅੱਲਾ ਅੱਲਾ ਕੇ ਤੈਨੂੰ ਯਾਦ ਕਰਦਾ ਹੈ ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਕੋਈ ਮੱਕੇ ਦਾ ਹੱਜ ਕਰਦਾ ਹੈ ਭਾਵ ਕਈ ਲੋਕ ਕਰਮਕਾਂਡੀ ਹਨ ਹਿੰਦੂ ਵੇਦ ਆਦਿਕ ਅਤੇ ਮੁਸਲਮਾਨ ਕੁਰਾਨ ਅੰਜੀਲ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਮੁਸਲਮਾਨ ਨੀਲੇ ਕੱਪੜੇ ਪਹਿਨਦੇ ਹਨ ਅਤੇ ਹਿੰਦੂ ਚਿੱਟੇ ਬਸਤਰ ਪਾਉਂਦੇ ਹਨ ਕੋਈ ਕਹਿੰਦਾ ਹੈ ਕਿ ਮੈਂ ਮੁਸਲਮਾਨ ਹਾਂ ਤੇ ਕੋਈ hindu ਬਣੀ ਫਿਰਦਾ ਹੈ ਕੋਈ ਰੱਬ ਕੋਲੋਂ ਬਿਹਸ਼ਤ ਮੰਗਦਾ ਹੈ ਤੇ ਕੋਈ ਸੁਰਗ ਮੰਗਦਾ ਹੈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਹੁਕਮ ਪਛਾਣ ਲਿਆ ਹੈ ਜਿਸ ਨੇ ਸਮਝ ਲਿਆ ਹੈ ਕਿ ਪ੍ਰਭੂ ਦੀ ਕਾਰ ਸਦਾ ਅਟਲ ਨਿਯਮ ਵਿੱਚ ਚੱਲ ਰਹੀ ਹੈ ਅਤੇ ਜੋ ਕੁਝ ਵਰਤ ਰਿਹਾ ਹੈ ਜੋ ਕੁਝ ਵਰਤਨਾ ਹੈ ਉਹ ਉਸ ਦਾਤਾਰ ਦੀ ਰਜ਼ਾ ਹੈ ਸਭ ਕੁਝ ਉਸ ਦੇ ਅਟਲ ਨਿਯਮ ਦੀ ਦੇਣ ਅਜਿਹਾ ਜਾਣ ਲੈਣ ਵਾਲਾ ਮਨੁੱਖ ਪ੍ਰਭੂ ਦੇ ਹਰ ਹੁਕਮ ਵਿੱਚ ਉਸ ਦੇ ਭਾਣੇ ਨੂੰ ਵੇਖ ਕੇ ਸਦਾ ਆਨੰਦਮਈ ਬਿਸਮਾਦੀ ਅਵਸਥਾ ਵਿੱਚ ਅਡੋਲ ਚ ਤਰਿੰਦਾ ਹੈ ਹੁਕਮ ਨੂੰ ਬੁੱਝ ਲੈਣ ਵਾਲਾ ਅਜੇਹਾ ਵਿਭਾਗਾ ਜੀਵ ਪ੍ਰਭੂ ਵਿੱਚ ਸਮਾ ਚੁੱਕਾ ਹੁੰਦਾ ਹੈ ਹੁਕਮ ਬੁੱਝੇ ਸੋ ਸੱਚ ਸਮਾਣਾ ਪੰਨਾ 193 ਹੁਕਮ ਦੀ ਪਹਿਚਾਣ ਤੋਂ ਖੁੰਝੇ ਮਨੁੱਖ ਦੀ ਅਵਸਥਾ ਸਮਝਾਉਂਦੇ ਹੋਏ ਗੁਰਦੇਵ ਜੀ ਫਰਮਾਨ ਕਰਦੇ ਹਨ ਡੀਗਨ ਡੋਲਾ ਤੌਲਾ ਜੋ ਮੰਨ ਕੇ ਪਰਮਾ ਭ੍ਰਮ ਕਾਟੇ ਗੁਰ ਆਪਣੇ ਪਾਈ ਬਿਸਰਮਾ ਉਹ ਬਖਾਦੀ ਦੁਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ ਪੰਨਾ 400 ਅਗਿਆਨੀ अथवा ਮਨਮੁਖ ਮਾਇਕ ਪਦਾਰਥਾਂ ਦੇ ਰਸਾਂ ਕਸਾਂ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਅਤੇ ਮਾਇਆ ਦਾ ਮੋਹ ਮਨੁੱਖ ਨੂੰ ਵਿਕਾਰੀ ਬਣਾ ਕੇ ਦੁਖਦਾਈ ਭਟਕਣਾ ਵਿੱਚ ਪਾਈ ਰੱਖਦਾ ਹੈ। ਸਤਿਗੁਰਾਂ ਦਾ ਫਰਮਾਨ ਹੈ ਜਿੰਨਾ ਚਿਰ ਮਨੁੱਖ ਨੂੰ ਹੁਕਮ ਦੀ ਪਛਾਣ ਨਹੀਂ ਆਉਂਦੀ ਓਨਾ ਚਿਰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਦੀ ਮਿਹਰ ਨਾਲ ਗੁਰਮਤਿ ਦੀ ਸੋਝੀ ਆ ਕੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਮਨੁੱਖ ਨੂੰ ਹੁਕਮ ਦੀ ਪਛਾਣ ਆ ਜਾਂਦੀ ਹੈ। ਫਿਰ ਜਦੋਂ ਹੀ ਰੱਬੀ ਵਿਧਾਨ ਦੀ ਪਛਾਣ ਆ ਜਾਏ ਮਾਇਕ ਭੁੱਖਾ ਮਕਾ ਦੇਣ ਵਾਲਾ ਸਬਰ ਤੇ ਸੰਤੋਖ ਮਨ ਵਿੱਚ ਆਵਸਥਾ ਹੈ ਆਪੇ ਦੀ ਪਛਾਣ ਕਰੀ ਰੱਖਣ ਦੀ ਸੋਝੀ ਆਉਂਦੀ ਹੈ ਪਤਾ ਲੱਗਦਾ ਹੈ ਕਿ ਜੋ ਕੁਝ ਅਸੀਂ ਆਪਣੇ ਵਾਸ ਵਿੱਚ ਸਮਝਦੇ ਹਾਂ ਅਸਲ ਵਿੱਚ ਉਹ ਵੀ ਉਸ ਨਾਦ ਦੀ ਹੀ ਦਿਯਾਲਤਾ ਦਾ ਫਲ ਹੈ ਅਜਹੀ ਆਤਮਕ ਸੂਝ ਨਾਲ ਮਨੁੱਖ ਸਰਬ ਸੁਖਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਪੰਨਾ 440 ਸੋ ਅਧਿਆਤਮਕ ਜੀਵਨ ਲਈ ਹੁਕਮ ਦੀ ਪਹਿਚਾਨ ਬੜੀ ਜ਼ਰੂਰੀ ਹੈ ਕਾਗੋਂ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧੰਨ ਸਵਾਰਣ ਹਾਰ ਹੁਕਮ ਪਛਾਣੇ ਉਜਲਾ ਸਿਰ ਕਾਸ ਲੋਹਾ ਪਾਰ ਤਿਰਸ਼ਨਾ ਛੋੜੇ ਭੈ ਵਸੈ ਨਾਨਕ ਕਰਨੀ ਸਾਰ ਪੰਨਾ 1099 ਅਰਥ ਕਾਂ ਤੋਂ ਚਿੱਟਾ ਹੰਸ ਕਦੇ ਨਹੀਂ ਬਣ ਸਕਦਾ ਕੇਵਲ ਲੋਹੀ ਦੀ ਬੇੜੀ ਨਦੀ ਦੇ ਪਾਰਲੇ ਕੰਢੇ ਨਹੀਂ ਪੁੱਜਦੀ ਪਰ ਸ਼ਾਬਾਸ਼ ਉਸ ਸਵਾਰਨ ਵਾਲੇ ਗੁਰੂ ਨੂੰ ਜਿਸ ਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਪ੍ਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੁਕਮ ਪਛਾਣਦਾ ਹੈ ਕਾਂ ਤੋਂ ਹੰਸ ਬਣ ਜਾਂਦਾ ਜਿਵੇਂ ਲੱਕੜ ਦੇ ਆਸਰੇ ਲੋਹਾ ਨਦੀ ਦੇ ਪਾਰਲੇ ਕੰਢੇ ਜਾ ਲੱਗਦਾ ਹੈ ਗੁਰੂ ਦੇ ਆਸਰੇ ਹੈ ਨਾਨਕ ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿੱਚ ਜਿਉਂਦਾ ਹੈ ਬਸ ਇਹੀ ਕਰਨੀ ਸਭ ਤੋਂ ਚੰਗੀ ਹੈ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤੱਕ ਹਸਮੇ ਮਿਲਣਾ ਰਹਾਉ ਦੂਜਾ ਪੰਨਾ 92 ਅਰਥ ਪ੍ਰਭੂ ਨਾਲ ਚਿੱਤ ਜੋੜਿਆ ਆਤਮਕਨ ਮੌਤ ਨਹੀਂ ਹੁੰਦੀ ਕਿਉਂਕਿ ਜਿਉਂ-ਜਿਉਂ ਜੀਵ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਹੈ ਆਖਰ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ਮੋਹ ਕਟੰਬ ਸਿਉ ਪ੍ਰੀਤ ਨਾ ਹੋਏ ਜਾਂ ਹਿਰਦੇ ਵਸਿਆ ਸੱਚ ਸੋਏ ਗੁਰਮੁਖ ਮਨ ਬੇਦਿਆ ਅਸਤਰ ਹੋਏ ਹੁਕਮ ਪਛਾਣੇ ਬੂਝੇ ਸੱਚ ਸੋਏ ਪੰਨਾ 232 ਖਸਮ ਪ੍ਰਭੂ ਦਾ ਹੀ ਇਹ ਸਾਰਾ ਆਪ ਸਾਰਾ ਹੈ ਸਭ ਕੁਝ ਉਸ ਦੀ ਕੇਵਲ ਮਾਤਰ ਜਾਤ ਤੋਂ ਸਭ ਦੇਖਦਾ ਅਣ ਦੇਖਦਾ ਸੰਸਾਰ ਬਣਿਆ ਉਹ ਸਦੀਵੀ ਰਹਿਣ ਵਾਲੇ ਖਸਮ ਦੀ ਪਛਾਣ ਕਰ ਲੈਣੀ ਹੀ ਉਸ ਦੀ ਪ੍ਰਾਪਤੀ ਹੈ ਉਸ ਦੀ ਪਛਾਣ ਆਪੇ ਦੀ ਪਛਾਣ ਹੈ ਜਦੋਂ ਅੰਤਰ ਆਦਮੀ ਦੀ ਪਛਾਣ ਆ ਜਾਵੇ ਤਾਂ ਹਰ ਪਾਸੇ ਭਲਾ ਹੀ ਭਲਾ ਦੇਸ ਆਉਂਦਾ ਹੈ ਫਿਰ ਸਾਰੀਆਂ ਕਮੀਆਂ ਆਪਣੇ ਵਿੱਚ ਨਜ਼ਰ ਆਉਣੀਆਂ ਆਰੰਭ ਹੋ ਜਾਂਦੀਆਂ ਜਦ ਹਰ ਪ੍ਰਾਣੀ ਵਿੱਚ ਪ੍ਰਭੂ ਦੇ ਦਰਸ਼ਨ ਹੋਣ ਲੱਗ ਪੈਣ ਫਿਰ ਕੋਈ ਬੁਰਾ ਕਿਉਂ ਲੱਗੇ ਹਰ ਦੂਜਾ ਜੀਵ ਪਿਆਰਾ ਲੱਗਣ ਲੱਗ ਪੈਂਦਾ ਇਹ ਹੀ ਹੈ ਪ੍ਰਭੂ ਦੀ ਸਦੀਵੀ ਯਾਦ ਇਹ ਹੀ ਹੈ ਉਸ ਦਾ ਨਿਰੰਤਰ ਸਿਮਰਨ ਹੁਕਮ ਦੀ ਠੀਕ ਪਛਾਣ ਆ ਜਾਣ ਨਾਲ ਜੀਵਨ ਸਫਲ ਹੋ ਗਿਆ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਣੇ ਖਸਮ ਕਾ ਤਾਂ ਸੱਚ ਪਾਵੇ ਕੋਏ ਗੁਰਮੁਖ ਆਪਛਾਣੀਏ ਬੁਰਾ ਅਨੰਦ ਹੀ ਸੇ ਕੋਏ ਨਾਨਕ ਗੁਰਮੁਖ ਨਾਮ ਤੇ ਆਈਐ ਸਹਿਲਾ ਆਇਆ ਸੋਈ ਪੰਨਾ 1243 ਤਉ ਦੇਵਾਨਾ ਜਾਣੀਏ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਪੰਨਾ 991 ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਿਛ ਹੋਈ ਹੁਕਮ ਪਛਾਣਨੇ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਪੰਨਾ 1350 ਅਰਥ ਉਹ ਸਦਾ ਕਾਇਮ ਰਹਿਣ ਵਾਲਾ ਸਭ ਜੀਵਾਂ ਵਿੱਚ ਵਸਦਾ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸ ਦਾ ਕੀਤਾ ਹੋ ਰਿਹਾ ਹੈ ਉਹੀ ਮਨੁੱਖ ਰੱਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ ਜੋ ਉਸ ਦੀ ਰਜਾ ਨੂੰ ਪਛਾਣਦਾ ਹੈ ਤੇ ਉਸ ਇੱਕ ਨਾਲ ਸਾਂਝ ਪਾਉਂਦਾ ਹੈ ਪਰ ਇਸ ਹੁਕਮ ਦੀ ਪਛਾਣ ਹੋ ਸਕਦੀ ਹੈ ਪ੍ਰਭੂ ਦੀ ਮੇਰ ਕਰਮ ਦਾ ਫਲ ਹੈ ਉਸ ਦੀ ਕਿਰਪਾ ਦ੍ਰਿਸ਼ਟੀ ਦੀ ਲੋੜ ਹੈ ਅਤੇ ਪ੍ਰਭੂ ਨੂੰ ਰਜਾਉਣ ਦੀ ਜਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਿਖਾਉਣੀ ਹੈ ਗੁਰਬਾਣੀ ਦੇ ਗਿਆਨ ਨੂੰ ਸਮਝ ਕੇ ਉਸ ਸੰਸਾਰ ਆਪਣਾ ਜੀਵਨ ਢਾਲਣ ਦੀ ਕਾਹਲਣਾ ਕਾਲਣ ਦੀ ਲੋੜ ਹੈ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਲਈ ਚਰਨ ਧੂੜ ਬਣ ਕੇ ਜੋਦੜੀਆਂ ਕਰਨ ਦੀ ਲੋੜ। ਫਿਰ ਜਦੋਂ ਸਾਹਿਬ ਦਿਆਲ ਹੋ ਗਿਆ ਤਾਂ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਸਾਈਂਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਂਦਾ ਜਾਈ ਸੀ। ਪੰਨਾ 471 ਦਰਗਾਹ ਵਿੱਚ ਆਦਰ ਪਾਉਣ ਜੋਗੇ ਬਣ ਲਈ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਦੀ ਲੋੜ ਹੈ ਪ੍ਰਭੂ ਨਾਲ ਜਾਣ ਪਛਾਣ ਦਾ ਵਸੀਲਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜੀਵਨ ਮਰਯਾਦਾ ਬਣਾਉਣੀ ਹੈ ਜੀਵਨ ਨੂੰ ਗੁਰਮਤ ਦੇ ਸਾਂਚੇ ਵਿੱਚ ਢਾਲ ਲੈਣ ਤੇ ਹੁਕਮ ਮੰਨਣ ਦੀ ਯੋਗਤਾ ਆਉਂਦੀ ਹੈ ਰਜਾ ਵਿੱਚ ਪ੍ਰਸੰਨ ਰਹਿਣਾ ਹੀ ਖਸਮ ਦੇ ਮਹਿਲਾਂ ਦੇ ਦਰਵਾਜ਼ੇ ਦੀ ਰਾਹਦਾਰੀ ਹੈ ਹੁਕਮ ਰਜ਼ਾਈ ਚੱਲਣਾ ਮਨ ਦੇ ਟਿਕਾਓ ਦੀ ਉਹ ਅਵਸਥਾ ਹੈ ਜਿਥੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਇਹੀ ਤਾਂ ਹੈ ਦਰਗਾਹ ਵਿੱਚ ਆਦਰ ਮਿਲਣ ਦੀ ਨਿਸ਼ਾਨੀ ਭਾਗ ਪੰਜਵਾਂ ਹੁਕਮ ਦੇ ਹੋਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਹੁਕਮ ਦੇ ਹੋਰ ਰੂਪ ਵੀ ਸਮਝਾਏ ਹਨ ਹੁਕਮ ਕੀਏ ਮਨ ਭਾਮ ਦੇ ਰਹਿ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਪੰਨਾ 470 ਹਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਇ ਰਹਾ ਪੰਨਾ 661 ਅਰਥ ਇਹ ਮੇਰੀ ਮਾਂ ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਿਤਾਉਣ ਹੁਕਮ ਦੇ ਸਕਣ ਵਾਲਾ ਹੱਕ ਨਾਲ ਪ੍ਰਮਾਤਮਾ ਨਹੀਂ ਮਿਲਦਾ ਹੋਰ ਕਿਹੜੀ ਵਿਧੀ ਜਿਸ ਨਾਲ ਮੈਂ ਉਸ ਪ੍ਰਭੂ ਵਿੱਚ ਮਿਲ ਸਕਦਾ ਹਾਂ ਰਹਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ਼ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਪੰਨਾ 474 ਸਿਧਨ ਮੈਂ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਪੰਨਾ 560 ਅਰਥ हे ਪ੍ਰਭ ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿੱਚ ਤੇਰੀ ਕਰਾਮਾਤੀ ਤਾਕਤ ਸ਼੍ਰੋਮਣੀ ਹੈ ਕੰਮ ਕਰਨ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਹੈ हे ਪ੍ਰਭ ਦੁਨੀਆ ਦੇ ਇਖਤਿਆਰ ਵਾਲਿਆਂ ਵਿੱਚ ਤੇਰਾ ਇਖਤਿਆਰ ਸਭ ਤੋਂ ਵੱਡਾ ਹੈ ਦੁਨੀਆਂ ਦੇ ਹੁਕਮ ਚਲਾਉਣ ਵਾਲਿਆਂ ਵਿੱਚ ਤੋਂ ਸ਼੍ਰੋਮਣੀ ਹਾਕਮ ਹੈ ਭਾਵ ਲੋਕ ਫੋਕੇ ਹੰਕਾਰ ਵਿੱਚ ਫਸੇ ਹੋਏ ਹਨ ਅਸਲ ਵਿੱਚ ਸਭ ਪਾਸੇ ਤੇਰੀ ਹੀ ਸ਼ਕਤੀ ਕੰਮ ਕਰਦੀ ਹੈ ਤੇਰਾ ਹੀ ਅਪਾਰ ਹੁਕਮ ਵਰਤ ਰਿਹਾ ਹੈ ਅਤੇ ਹੁਕਮ ਦਾ ਇੱਕ ਰੂਪ ਇਹ ਵੀ ਅਖਰ ਮੈਂ ਤੇਰੇ ਭਵਨ ਪ੍ਰਭ ਧਾਰੇ ਅਖਰ ਕਰ ਕਰ ਬੇਦ ਵਿਚਾਰੇ ਅਖਰ ਸਾਸ਼ਤਰ ਸਿਮਰਤ ਪੁਰਾਨਾ ਅਖਰ ਨਾਦ ਕਥਨ ਵਿਖਿਆਨਾ ਅਖਰ ਮੁਕਤ ਜੋਗਤ ਪੈ ਭਰਮਾ ਅਖਰ ਕਰਮ ਕਿਰਤ ਸੋਚ ਧਰਮਾ ਦ੍ਰਿਸ਼ਟਮਾਨ ਅਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਪੰਨਾ 256 ਅਰਥ ਇਹ ਤਿੰਨੇ ਭਵਨ ਸਾਰਾ ਜਗਤ ਪ੍ਰਭੂ ਨੇ ਆਪਣੇ ਹੁਕਮ ਪੱਕੇ ਨਿਯਮ ਵਿੱਚ ਹੀ ਰਚੇ ਹਨ ਪ੍ਰਭੂ ਦੇ ਉਸ ਹੁਕਮ ਅਨੁਸਾਰ ਹੀ ਵੇਦ ਰਚੇ ਗਏ ਤੇ ਵਿਚਾਰੇ ਗਏ ਸਾਰੇ ਸ਼ਾਸਤਰ ਸਿਮਰਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵਾ ਹਨ ਇਹਨਾਂ ਪੁਰਾਣਾ ਸ਼ਾਸਤਰਾਂ ਤੇ ਸਿਮਰਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਵੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹੈ। ਭਾਵ ਕਿਸੇ ਕਿਰਤ ਨੂੰ ਆਪਣੀ ਕਹਿ ਕੇ ਵਡਿਆਉਣਾ ਅਤੇ ਨਜਾਜ਼ ਲਾਭ ਲੈਣੇ ਦੁਖਦਾਈ ਹੰਕਾਰ। ਸਾਰੇ ਜਗਤ ਦੇ ਈਕਾਰ ਪ੍ਰਭੂ ਦੇ ਬਣਾਏ ਪੱਕੇ ਨਿਯਮ ਵਿੱਚ ਵੱਜੀ ਚੱਲ ਰਹੀ ਹੈ। ਇਸੇ ਮਰਜ਼ਾਦਾ ਅਧੀਨ ਹੀ ਗ੍ਰੰਥ ਆਦਿ ਲਿਖੇ ਜਾਂਦੇ ਹਨ। ਇਹ ਸਮਝਣਾ ਗਲਤ ਹੈ ਕਿ ਵੇਦ ਸ਼ਾਸਤਰ ਆਦ ਰਚੇ ਜਾਣ ਲਈ ਅਕਾਲ ਪੁਰਖ ਨੇ ਕੋਈ ਉਚੇਚਾ ਹੁਕਮ ਦਿੱਤਾ ਸੀ। ਉਸ ਪੱਕੇ ਸਿਧਾਂਤ ਨੂੰ ਅਨੁਸਾਰ ਹੀ ਚਮਤਕਾਰੀ ਬੁੱਧੀ ਵਾਲੇ ਮਨੁੱਖ ਜਨਮ ਲੈਂਦੇ ਹਨ ਉਸ ਰੱਬੀ ਹੁਕਮ ਅਤੇ ਮਨੁੱਖੀ ਆਗਿਆ ਦੇ ਫਰਕ ਨੂੰ ਸਮਝਣ ਬਾਰੇ ਬੜੀ ਵਿਸਥਾਰ ਨਾਲ ਵਿਚਾਰ ਹੋ ਚੁੱਕੀ ਹੈ ਦੁਨੀਆ ਦੇ ਡਰਾਂ ਭਰਮਾਂ ਤੋਂ ਖਲਾਸੀ ਲੱਭਣੀ ਵੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ ਮਨੁੱਖਾ ਜਨਮ ਵਿੱਚ ਕਰਨ ਜੋ ਕਰਮਾਂ ਦੀ ਪਛਾਣ ਕਰਨੀ ਆਤਮਿਕ ਪਵਿੱਤਰਤਾ ਦੇ ਨਿਜਮਾਂ ਦੀ ਭਾਲ ਇਹ ਪ੍ਰਭੂ ਦੇ ਹੁਕਮ ਦਾ ਹੀ ਦ੍ਰਿਸ਼ ਹੈ ਨਾਨਕ ਜਿਤਨਾ ਵੀ ਇਹ ਦਿਖਦਾ ਸੰਸਾਰ ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਸਰੂਪ ਹੈ ਪਰ ਹੁਕਮ ਦਾ ਮਾਲਕ ਪ੍ਰਭੂ ਆਪ ਇਹ ਸਾਰੇ ਪਸਾਰੇ ਦੇ ਪ੍ਰਭਾਵ ਤੋਂ ਪਰੇ ਹੈ ਹੁਕਮ ਦਾ ਇੱਕ ਰੂਪ ਭੈ अथवा ਪਾਉ ਵੀ ਹੈ ਭੈ ਵਿੱਚ ਪਵਨ ਵਹੈ ਸਦ ਬਾਉ ਭੈ ਵਿੱਚ ਚੱਲਣ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤ ਨੰਤ ਪਹਿ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆ ਡਾਣੇ ਆਕਾਸ਼ ਪਹਿ ਵਿੱਚ ਜੋਧ ਮਹਾਬਲ ਸੂਰ ਪਹਿ ਵਿੱਚ ਆਵੇਂ ਜਾਂ ਮੇਂਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਪੰਨਾ 464 ਹਵਾ ਦਾ ਡਰ ਵਿੱਚ ਚੱਲਣਾ ਦਰਿਆਵਾਂ ਦਾ ਵਹਿਣ ਅਗਨੀ ਦਾ ਸੇਖ अथवा ਸਾੜਨ ਸ਼ਕਤੀ ਧਰਦੀ ਦਾ ਭਾਰ ਹੇਠ ਦੱਬੇ ਰਹਿਣਾ ਬੱਦਲ ਆਜ ਜੋ ਦੌੜ ਫਿਰ ਰਹੇ ਹਨ ਸਾਰੀ ਸ੍ਰਿਸ਼ਟੀ ਪ੍ਰਭੂ ਦੇ ਭੈ ਵਿੱਚ ਕਾਰ ਕਰੀ ਸਿਰਜਣਾ ਦਾ ਹਰ ਭਾਗ ਪ੍ਰਭੂ ਦੀ ਰਜ਼ਾ ਪ੍ਰਭੂ ਦੇ ਹੁਕਮ ਅਥਵਾ ਪ੍ਰਭੂ ਦੇ ਵੱਜੇ ਹੋਏ ਨਿਜਮ ਵਿੱਚ ਸੇਵਾ ਕਰੀ ਜਾ ਰਿਹਾ ਹੈ ਡਰਪੈ タルਤ ਆਕਾਸ਼ ਨਖਤਰਾ ਸਿਰ ਉੱਪਰ ਅਮਰ ਕਰਾਰਾ ਪਉਣ ਪਾਣੀ ਬੈਸੰਤਰ ਡਰਪੈ ਡਰਪੈ ਇੰਦਰ ਵਿਚਾਰ ਏਕਾ ਨਿਰਭਉ ਬਾਸੁਨੀ ਸੋ ਸੁਖੀਆ ਸੋ ਸਦਾ ਸੋਹਿਲਾ ਜੋ ਗੁਰਮਿਲ ਗਾਏ ਗੁਣੀ ਰਹਾ ਦੇ ਧਾਰੀ ਅਰ ਦੇਵਾ ਡਰਪੇ ਸੇਧ ਸਾਧਕ ਡਰ ਮੋਇਆ ਲੱਖ 84 ਮਰਮਰ ਜਨਮੇ ਫਿਰ ਫਿਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਡਰਪੇ ਕੇਤੇ ਰੂਪ ਹੋ ਪਾਇਆ ਛਲ ਬਪੁਰੀ ਇਹ ਕੋਲਾ ਡਰਪੇ ਅਤ ਡਰਪੇ ਧਰਮ 라ਇਆ ਸਗਲ ਸਮਗਰੀ ਡਰੈ ਬਿਆਪੀ ਬੇਨ ਡਰ ਕਰਨੇ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਹਰਥ ਏ ਭਾਈ ਅਸਾਂ ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦਿੰਦਾ ਹੈ ਉਹ ਇਹ ਹੈ ਕਿ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਰਜਾ ਅਨੁਸਾਰ ਜਿਉਣਾ ਸਿੱਖ ਲੈਂਦਾ ਹੈ ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ ਰਹਾ ਧਰਤੀ ਆਕਾਸ਼ ਤਾਰੇ ਇਹਨਾਂ ਸਭਨਾਂ ਦੇ ਸਿਰ ਤੇ ਪ੍ਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ ਇਹਨਾਂ ਵਿੱਚੋਂ ਕੋਈ ਵੀ ਰਜਾ ਤੋਂ ਆਕੀ ਨਹੀਂ ਹੋ ਸਕਦਾ ਭਾ ਵੱਜੇ ਹੋਏ ਨਿਜਮ ਦੀ ਉਲੰਘਣਾ ਨਹੀਂ ਕਰ ਸਕਦਾ ਹਵਾ ਪਾਣੀ ਅੱਗ ਆਦਿਕ ਹਰੇਕ ਤਾਤ ਰਜਾ ਵਿੱਚ ਤੁਰ ਰਿਹਾ ਹੈ ਨਿਮਾਣਾ ਇੰਦਰ ਵੀ ਪ੍ਰਭੂ ਦੇ ਹੁਕਮ ਵਿੱਚ ਤੁਰ ਰਿਹਾ ਹੈ ਭਾਵੇਂ ਲੋਕਾਂ ਦੇ ਖਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ ਸਾਰੇ ਜੀਵ ਅਤੇ ਦੇਵਤੇ ਹੁਕਮ ਵਿੱਚ ਤੁਰ ਰਹੇ ਹਨ ਸਿੱਧ ਅਤੇ ਸਾਧਕ ਵੀ ਹੁਕਮ ਅੱਗੇ ਥੜ-ਥੜ ਕੰਬਦੇ ਹਨ 84 ਲੱਖ ਜੂਨਾ ਦੇ ਸਾਰੇ ਜੀਵ ਜੋ ਰਜਾ ਵਿੱਚ ਨਹੀਂ ਤੁਰਦੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਮੋੜ-ਮੋੜ ਜੂਨਾ ਵਿੱਚ ਪਾਏ ਜਾਂਦੇ ਹਨ ਪ੍ਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਰਜੋ ਸਤੋ ਤਮੋ ਇਨ੍ਹਾਂ ਤਿੰਨਾ ਗੁਣਾ ਵਿੱਚ ਵਰਤ ਰਹੇ ਹਨ ਇਹ ਸਾਰੇ ਉਸ ਦੇ ਹੁਕਮ ਵਿੱਚ ਹੀ ਕਾਰ ਕਰ ਰਹੇ ਹਨ ਦੁਨੀਆਂ ਦੇ ਸਾਰੇ ਜੀਵਾਂ ਵਾਸਤੇ ਛਲ ਬਣੀ ਹੋਈ ਵਿਚਾਰ ਲక్ష్ਮੀ ਮਾਇਆ ਵੀ ਰਜਾ ਵਿੱਚ ਤੁਰ ਰਹੀ ਧਰਮ ਰਾਜ ਵੀ ਹੁਕਮ ਅੱਗੇ ਥਰ ਥਰ ਕੰਬਦਾ ਹੈ ਭਾਈ ਦੁਨੀਆਂ ਦੀ ਸਾਰੀ ਸਮਗਰੀ ਰਜਾ ਵਿੱਚ ਵੱਜੀ ਹੋਈ ਇੱਕ ਸਿਰਜਣਹਾਰ ਪ੍ਰਭੂ ਹੈ ਜਿਸ ਉੱਤੇ ਕਿਸੇ ਦੂਜੇ ਦਾ ਡਰ ਨਹੀਂ ਗੁਰਦੇਵ ਜੀ ਦਾ ਫਰਮਾਨ ਹੈ ਪ੍ਰਮਾਤਮਾ ਆਪੇ ਭਗਤਾਂ ਦਾ ਸਹਾਈ ਹੈ ਭਗਤ ਉਸ ਦੇ ਦਰਬਾਰ ਵਿੱਚ ਸਦਾ ਸ਼ੋਭਾ ਪਾਉਂਦੇ ਹਨ ਹੁਕਮ ਪਛਾਣੇ ਨਾਨਕਾ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਪੰਨਾ 725 ਅਰਥ ਇਹ ਨਾਨਕ ਜਦੋਂ ਜੀਵ ਇਸਤਰੀ ਪ੍ਰਭੂ ਪਤੀ ਦੀ ਰਜਾ ਨੂੰ ਸਮਝ ਲੈਂਦੀ ਹੈ ਜਦੋਂ ਉਸ ਦੇ ਦਰ ਨੂੰ ਜਿੰਦ ਵਾਸਤੇ ਸੁਗੰਧੀ ਬਣਾਉਂਦੀ ਹੈ ਜਿਵੇਂ ਸਰੀਰ ਉੱਤੇ ਕੋਈ ਇਸਤਰੀ ਚੰਦਨ ਲਾਉਂਦੀ ਹੈ ਜਦੋਂ ਇਸਤਰੀ ਪਤੀ ਨੂੰ ਵਾਸ ਕਰਨ ਵਾਸਤੇ ਆਤਮਿਕ ਗੁਣਾਂ ਨੂੰ ਟੂਣੇ ਬਣਾਉਂਦੀ ਹੈ ਉਹ ਪ੍ਰਭੂ ਪਿਆਰੇ ਦਾ ਮਲਾਪ ਹਾਸਲ ਕਰ ਲੈਂਦੀ ਹੈ ਡਰ ਘਰ ਘਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜ਼ਾ ਹੈ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਹਾ ਨਾ ਜੀਓ ਮਰੇ ਨਾ ਡੂਬੇ ਤਰੇ ਜਿਨ ਕੇ ਸ਼ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਅੱਗੇ ਪਾਛੇ ਹੁਕਮ ਸਮਾਏ ਹੰਸ ਸਹਿਤ ਆਸਾ ਅਸਮਾਨ ਕਿਸ ਵਿੱਚ ਭੁੱਖ ਬਹੁਤ ਨਿਸ਼ਾਨ ਭੋਜ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏਗਾ ਬਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਕੇ ਜੀ ਜੰਤ ਧਨਮਾਲ ਨਾਨਕ ਆਖਣ ਵਿਖੰਬ ਵਿਚਾਰ ਪੰਨਾ 151 ਅਰਥ ਹੈ ਪ੍ਰਭੂ ਤੇਰੇ ਦਰ ਅਦਬ ਵਿੱਚ ਰਹਾ ਉਹ ਆਤਮਿਕ ਅਵਸਥਾ ਮਿਲ ਜਾਂਦੀ ਹੈ ਜਿੱਥੇ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਹਿਰਦੇ ਵਿੱਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵਸਦਾ ਹੈ ਤੇ ਸਭ ਵਿੱਚ ਵਸਦਾ ਹੈ ਤੇਰੇ ਡਰ ਅਦਬ ਤੇਰੀ ਰਾਜਾ ਵਿੱਚ ਰਹਾ ਦੁਨੀਆ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿੱਚ ਰਹਾ ਕੋਈ ਸਦਾ ਟਿਕਿਆ ਰਹੇ हे ਪ੍ਰਭੂ ਤੇਥੋਂ ਬਿਨਾ ਜੀਵ ਦਾ ਕੋਈ ਹੋਰ ਥਾਂ ਆਸਰਾ ਨਹੀਂ ਹੈ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ हे ਪ੍ਰਭੂ ਡਰ ਅਦਬ ਵਿੱਚ ਰਹਿਣ ਦੀ ਥਾਂ ਤੇਰੀ ਰਜ਼ਾ ਅੱਗੇ ਸੀਸ ਝੁਕਾ ਕੇ ਸਦਾ ਤੇਰਾ ਧੰਨਵਾਦੀ ਰਹਿਣ ਦੇ ਥਾਂ ਜੇ ਜੀਵ ਦੇ ਹਿਰਦੇ ਵਿੱਚ ਕੋਈ ਹੋਰ ਡਰ ਟਿਕਿਆ ਰਹੇ ਤਾਂ ਜੀਵ ਸਦਾ ਸਹਿਮਿਆ ਰਹਿੰਦਾ ਹੈ ਮਨ ਦੀ ਘਬਰਾਹਟ ਮਨ ਦਾ ਸਹਿਮ ਹਰ ਵੇਲੇ ਬਣਿਆ ਰਹਿੰਦਾ ਰਹਾ ਪ੍ਰਭੂ ਦੇ ਡਰ ਅਦਬ ਵਿੱਚ ਰਿਹਾ ਹੀ ਇਹ ਯਕੀਨ ਬਣ ਸਕਦਾ ਹੈ ਕਿ ਜੀਵ ਨਾ ਮਰਦਾ ਹੈ ਤੇ ਨਾ ਕਿਤੇ ਡੁੱਬ ਸਕਦਾ ਹੈ ਨਾ ਕਿਤੋਂ ਤਰਦਾ ਹੈ ਭਾਵ ਜਿਹੜਾ ਕਿਤੇ ਡੁੱਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਯਕੀਨ ਬਣਿਆ ਰਹਿੰਦਾ ਹੈ ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹ ਸਭ ਕੁਝ ਕਰ ਸਕਦਾ ਹੈ ਉਸ ਦੇ ਹੁਕਮ ਵਿੱਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿੱਚ ਹੀ ਮਰਦਾ ਹੈ ਲੋਕ ਪਰਲੋਕ ਵਿੱਚ ਜੀਵ ਨੂੰ ਉਸ ਦੇ ਹੁਕਮ ਵਿੱਚ ਟਿਕੇ ਰਹਿਣਾ ਪੈਂਦਾ ਹੈ ਜਿਸ ਹੇਜ਼ ਦੇ ਵਿੱਚ ਪ੍ਰਭੂ ਦਾ ਡਰ ਅਦਬ ਨਹੀਂ ਹੈ ਮੋਹ ਹੈ ਹੰਕਾਰ ਹੈ ਉਸ ਹਿਰਦੇ ਵਿੱਚ ਤ੍ਰਿਸ਼ਨਾ ਦੀ ਅੱਗ ਦੀ ਖਾਂਗ ਨਦੀ ਵਾਂਗ ਠਾਠਾਂ ਮਾਰਦੀ ਪ੍ਰਭੂ ਦਾ ਡਰ ਅਦਬ ਹੀ ਆਤਮਕ ਜੀਵਨ ਦੀ ਖੁਰਾਕ ਹੈ ਆਤਮਾ ਦਾ ਆਸਰਾ ਹੈ ਜੋ ਇਹ ਖੁਰਾਕ ਨਹੀਂ ਖਾਂਦੇ ਉਹ ਦੁਨੀਆ ਵਿੱਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ हे ਪ੍ਰਭੂ ਤੇਰੇ ਭਾਣੇ ਵਿੱਚ ਰਾਜੀ ਰਹਾਂ ਹਾਂ ਹੀ ਇਹ ਯਕੀਨ ਬਣਦਾ ਹੈ ਕਿ ਜਿਸ ਕਿਸੇ ਦਾ ਜੇ ਕੋਈ ਸਹਾਈ ਬਣਦਾ ਹੀ ਹੈ ਤਾਂ ਕੋਈ ਵਿ rela ਹੀ ਹੈ ਭਾਵ ਕਿਸੇ ਦਾ ਕੋਈ ਸਦਾ ਲਈ ਸਹਾਇਕ ਨਹੀਂ ਬਣ ਸਕਦਾ ਪਰ ਹਰ ਜੀਵ ਤੇਰਾ ਪੈਦਾ ਕੀਤਾ ਹੋਇਆ ਤੂੰ ਸਭ ਦੀ ਸਾਰ ਰੱਖਣ ਵਾਲਾ ਏ ਨਾਨਕ ਜਿਸ ਪ੍ਰਮਾਤਮਾ ਨੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹਨ ਜੀਵ ਵਾਸਤੇ ਉਸ ਨੇ ਹੀ ਧਨ ਮਾਲ ਬਣਾਇਆ ਹੋਇਆ ਇਸ ਤੋਂ ਵੱਧ ਇਹ ਵਿਚਾਰਨਾ ਤੇ ਆਖਣਾ ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ ਔਖਾ ਕੰਮ ਹੈ ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਛੇਵਾ ਪੰਜਵੇਂ ਕਾਂਡ ਦਾ ਚੌਥਾ ਅਤੇ ਪੰਜਵਾਂ ਭਾਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ